ਦਰਸ਼ਕੋ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਅਵਤਾਰ ਸਿੰਘ ਜੀ ਤੇ ਉਹਨਾਂ ਦੇ ਕੋਲੋਂ ਜਾਣਦੇ ਹਾਂ ਕਿ ਸਿੱਖ ਇਸ਼ੂਜ਼ ਉੱਤੇ ਹਮੇਸ਼ਾ ਉਹ ਗੱਲ ਕਰਦੇ ਰਹਿੰਦੇ ਨੇ। ਅੱਜ ਅੰਤਰਰਾਜੀ ਪੱਧਰ ਦੇ ਉੱਤੇ ਇੱਕ ਮਸਲਾ ਜਿਹੜਾ ਇੱਕ ਮਾਮਲਾ ਭਾਈ ਅਵਤਾਰ ਸਿੰਘ ਖੰਡਾ ਨੂੰ ਲੈ ਕੇ ਆ, ਜਿਨ੍ਹਾਂ ਦੀ ਪਿਛਲੇ ਦਿਨੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਹੈ ਇੰਗਲੈਂਡ ਦੇ ਬਰਮਿੰਗਮ ਸ਼ਹਿਰ ਦੇ ਵਿੱਚ। ਸੋ ਉਹ ਤਕਰੀਬਨ 2 ਮਹੀਨੇ ਤੋਂ ਉਹਨਾਂ ਦਾ ਮ੍ਰਿਤਕ ਦੇਹ ਜਿਹੜੀ ਹੈ ਉਹ ਸੰਸਕਾਰ ਉਡੀਕ ਰਹੀ ਹੈ, ਜਿਹਦੇ ਵਿੱਚ ਉਲਝਣਾ ਇਹ ਨੇ ਕਿ ਇੱਕ ਤਾਂ ਭਾਰਤ ਵੱਲੋਂ ਉਹਨਾਂ ਦੀ ਮ੍ਰਿਤਕ ਦੇਹ ਜਿਹੜੀ ਹੈ ਉਹਨੂੰ ਭਾਰਤ ਲਿਆਉਣ ਦੇ ਉੱਤੇ ਰੋਕ ਹੀ ਲਾ ਦਿੱਤੀ ਗਈ ਹੈ ਲਗਭਗ, ਕਿਉਂਕਿ ਆਨੇ ਬਹਾਨੇ ਕੀਤੇ ਜਾ ਰਹੇ ਨੇ। ਦੂਸਰਾ ਜੋ ਆਪਸ਼ਨ ਸੀ ਕਿ ਉਹਨਾਂ ਦੇ ਮਾਤਾ ਜੀ ਅਤੇ ਉਹਨਾਂ ਦੀ ਭੈਣ ਜੀ ਉਹ ਇੰਗਲੈਂਡ ਆ ਕੇ ਅੰਤਮ ਰਸਮਾਂ ਦੇ ਵਿੱਚ ਜਿਹੜਾ ਸ਼ਾਮਲ ਹੋਣ, ਪਰ ਵੀਜ਼ਾ ਨਹੀਂ ਦਿੱਤਾ ਗਿਆ ਇੰਗਲੈਂਡ ਸਰਕਾਰ ਵੱਲੋਂ। ਭਾਜੀ ਕਿਵੇਂ ਦੇਖਦੇ ਹੋ ਇਹ ਸਾਰਾ ਮਸਲਾ? ਕੰਪਲੀਕੇਟਡ ਹੈ, ਮ੍ਰਿਤਕ ਦੇਹ ਇੱਕ ਪਾਸੇ ਜਿਹੜੀ ਹੈ ਪਈ ਹੋਈ ਇੰਤਜ਼ਾਰ ਕਰ ਰਹੀ ਹੈ, ਕਿਉਂਕਿ ਦਾਗ ਜਿਹਨੂੰ ਕਿਹਾ ਜਾਂਦਾ ਅਖੀਰਲੀਆਂ ਰਸਮਾਂ ਬਹੁਤ ਜ਼ਰੂਰੀ ਹੁੰਦੀਆਂ ਨੇ ਸਮੇਂ ਸਿਰ ਜੇਕਰ ਹੋ ਜਾਣ। ਸੋ ਕਿਵੇਂ ਦੇਖਦੇ ਹੋ ਦੋਨੋਂ ਸਰਕਾਰਾਂ ਦਾ ਰੋਲ ਤੇ ਇਸ ਵੇਲੇ ਜਿਹੜਾ ਮਾਹੌਲ ਬਣਿਆ ਹੋਇਆ? ਹਾਂਜੀ, ਉਹ ਤਾਂ ਆਉਂਦਾ ਵੀ ਜਿਹੜੀਆਂ ਬੇਵਤਨੀਆਂ ਕੌਮਾਂ, ਜਿਹਨਾਂ ਕੌਮਾਂ ਕੋਲ ਕੋਈ ਮੁਲਕ ਨੀ ਹੈਗਾ, ਉਹਨਾਂ ਦੇ ਬਛਿੰਦਿਆਂ ਨੂੰ ਇਸ ਤਰ੍ਹਾਂ ਦੇ ਸੰਕਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੋ ਪ੍ਰੋਫੈਸਰ ਸਤਿੰਦਰ ਸਿੰਘ ਮਹਿਬੂਬ ਨੇ ਇੱਕ ਕਵਿਤਾ ਲਿਖੀ ਸੀ, ਤੂੰ ਬਾਹਰੀ ਕਲਗੀ ਵਾਲਿਆ ਕੋਈ ਦੇਸ਼ ਨਾ ਸਾਡਾ, ਸੁਪਨਾ ਪੀ ਆਨੰਦ ਦਾ ਬੇਨੂਰ ਦਰਾਡਾ, ਤੂੰ ਬਾਹਰੀ ਕਲਗੀ ਵਾਲਿਆ ਕੋਈ ਦੇਸ਼ ਨਾ ਸਾਡਾ। ਉਹਨਾਂ ਦੀ ਮਹਿਬੂਬ ਸਾਹਿਬ ਦੀ ਕਵਿਤਾ ਅੱਜ ਆ ਜਿਹੜੀ ਆਪਾਂ ਅਵਤਾਰ ਸਿੰਘ ਖੰਡੇ ਵਾਲੇ ਤੇ ਹੋਰ ਵੀ ਪਿਛਲੇ 30-35 ਸਾਲਾਂ ਦੌਰਾਨ ਬਹੁਤ ਸਾਰੇ ਲੋਕਾਂ ਨਾਲ ਇਹ ਵਾਪਰਿਆ ਹੈ ਵੀ ਇਹਨਾਂ ਦੇ ਮਾਂ ਬਾਪ ਭਾਰਤ ਵਿੱਚ ਚੜ੍ਹਾਈ ਕਰ ਗਏ ਪਰ ਉਹ ਵਿਚਾਰੇ ਜਾ ਨੀ ਸਕੇ ਕਿਉਂਕਿ ਉਹ ਬੇਵਤਨੇ ਸੀ, ਭਾਰਤ ਉਹਨਾਂ ਨੂੰ ਵੀਜ਼ਾ ਨੀ ਦੇ ਰਿਹਾ ਅਤੇ ਦੂਜੀਆਂ ਜਿਹਨਾਂ ਥਾਵਾਂ ਤੇ ਉਹ ਰਹਿ ਰਹੇ ਆ ਉੱਥੇ ਉਹਨਾਂ ਦਾ ਕੋਈ ਹਾਲੇ ਸਟੇਟਸ ਨੀ, ਜਾਂ ਜੇ ਸਟੇਟਸ ਹੈ ਵੀ ਤਾਂ ਹੋਰ ਸਮੱਸਿਆਵਾਂ ਨੇ। ਸੋ ਇਹ ਬੇਵਤਨੀ ਦੀਆਂ ਗੱਲਾਂ ਨੇ। ਸੋ ਭਾਈ ਅਵਤਾਰ ਸਿੰਘ ਦੇ ਮ੍ਰਿਤਕ ਸਰੀਰ ਨਾਲ ਦੀ ਜਿਹੜੀ ਬੇਅਦਬੀ ਹੋ ਰਹੀ ਆ, ਉਸੇ ਕਰਕੇ ਆ ਬੇਵਤਨੀਆਂ ਕੌਮਾਂ ਨੂੰ ਇਹ ਜਿਹੜੇ ਸੰਕਟ ਆ ਉਹ ਝੱਲਣੇ ਪੈਂਦੇ ਆ। ਸੋ ਇੱਕ ਪਾਸੇ 2015 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਡੌਜ਼ੀਅਰ ਰਾਹੀਂ ਅਵਤਾਰ ਸਿੰਘ ਖੰਡੇ ਦੀ ਹਵਾਲਗੀ ਮੰਗਦੇ ਆ, ਹਨਾ, ਭਾਰਤ ਭੇਜਿਆ ਜਾਵੇ ਉੱਥੇ ਲੜੀਂਦਾ, ਤੇ ਹੁਣ ਕਿਹਾ ਜਾਂਦਾ ਵੀ ਉਹ ਸਾਡਾ ਨਾਗਰਿਕ ਹੀ ਹੈ ਨੀ, ਹਨਾ। ਉਹ ਇਹ ਦੇਖੋ ਵੀ ਇਹ ਡਬਲ ਸਟੈਂਡਰਡ ਆ, ਉਹਦੇ ਆਧਾਰ ਤੇ ਅਦਾਲਤ ਨੇ ਫੈਸਲਾ ਦੇ ਦੇਣਾ ਵੀ ਉਹ ਲਾਸ਼ ਆ ਜਿਹੜੀ ਇੱਥੇ ਨਹੀਂ ਲਿਆਂਦੀ ਜਾ ਸਕਦੀ। ਉਹ ਦੂਜੇ ਪਾਸੇ ਜਿਹੜਾ ਵੀਜ਼ੇ ਦਾ ਵੀ ਹੈ, ਸਾਨੂੰ ਲੱਗਦਾ ਉਹਦੇ ਵਿੱਚ ਵੀ ਭਾਰਤ ਸਰਕਾਰ ਆ ਜਿਹੜੀ ਦਖਲਅੰਦਾਜ਼ੀ ਕਰ ਰਹੀ ਹੈ ਵੀ ਮਾਤਾ ਜੀ ਨੂੰ ਤੇ ਭੈਣ ਜੀ ਨੂੰ ਵੀਜ਼ਾ ਨਾ ਮਿਲੇ। ਉਹ ਸਿੱਖ ਸੰਗਤਾਂ ਨੇ ਕਾਫੀ ਸਾਰਾ ਜ਼ੋਰ ਲਾਇਆ, ਪਰ ਜਿੱਥੋਂ ਤੱਕ ਮੈਂ ਰਾਜਨੀਤੀ ਨੂੰ ਸਮਝਦਾ ਤੇ ਮੈਂ ਕਹਿ ਸਕਦਾ ਵੀ 99% ਵੀਜ਼ਾ ਨਹੀਂ ਮਿਲੇਗਾ। ਅੱਛਾ ਜੀ, ਵੀ ਕੋਈ ਵੀ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, 99% ਉਹ ਸਰਕਾਰਾਂ ਜਿਹੜੀਆਂ ਅੰਡਰਗਰਾਊਂਡ ਕਾਫੀ ਜਿਹੜੀਆਂ ਖੇਡਾਂ ਖੇਡ ਜਾਂਦੀਆਂ ਹੁੰਦੀਆਂ ਨੇ। ਸੋ ਸਾਨੂੰ ਆਪਣੇ ਤੌਰ ਤੇ ਹੀ ਸਿੱਖ ਸੰਗਤਾਂ ਨੂੰ ਜਿਹੜਾ ਉਹਨਾਂ ਦਾ ਅੰਤਮ ਸੰਸਕਾਰ ਕਰਨਾ ਪਵੇਗਾ। ਸੋ ਇਹ ਜਿਹੜੇ ਹਾਲਾਤ ਨੇ, ਸੋ ਬੇਵਤਨੀਆਂ ਕੌਮਾਂ ਦਾ ਜਿਹੜਾ ਦਰਦ ਆ ਉਹ ਕੌਮ ਵੀ ਹੰਢਾ ਰਹੀ ਆ, ਉਹਨਾਂ ਦਾ ਪਰਿਵਾਰ ਵੀ ਹੰਢਾ ਰਿਹਾ, ਉਹਨੇ ਵੀ ਹੰਢਾਇਆ ਜਿੰਨਾ ਚਿਰ ਉਹ ਜਿਉਂਦਾ ਸੀ, ਉਹਨੇ ਬੇਵਤਨੀ ਦਾ ਜਿਹੜਾ ਦਰਦ ਆ ਉਹ ਹੰਢਾਇਆ। ਸੋ ਅੱਜ ਆਪਾਂ ਸਾਰੇ ਜਿਹੜੇ ਸਿੱਖ ਜੁੜੇ ਹੋਏ ਆ ਉਹ ਵੀ ਬੇਵਤਨੀ ਦਾ ਦਰਦ ਆ ਉਹ ਹੰਢਾ ਰਹੇ। ਅੱਛਾ ਭਾਜੀ, ਜੇ ਆਪਾਂ ਗੱਲ ਤੁਸੀਂ ਲੋੜੀਂਦੇ ਹੋਣ ਦੀ ਗੱਲ ਕਹੀ ਹੈ, ਉਸ ਵੇਲੇ ਇੰਗਲੈਂਡ ਦੀ ਪੁਲਿਸ ਵੱਲੋਂ ਇੱਕ ਟਵੀਟ ਆਇਆ ਸੀ, ਮੈਨੂੰ ਹਜੇ ਤੱਕ ਵੀ ਯਾਦ ਹੈ, ਕਿ ਇਸ ਤਰ੍ਹਾਂ ਦਾ ਕੁਛ ਵੀ ਜਿਹੜਾ ਅਵਤਾਰ ਸਿੰਘ ਖੰਡਾ ਜਾਂ ਫਿਰ ਹੋਰ ਜਿਹੜੇ ਸਿੰਘਾਂ ਦਾ ਨਾਮ ਲਿਆ ਸੀ ਕੁਛ ਵੀ ਨਹੀਂ ਕਰਦੇ, ਇਸ ਤਰ੍ਹਾਂ ਦੀ ਐਕਟੀਵਿਟੀਜ਼ ਨਹੀਂ ਹੈਗੀਆਂ ਇੰਗਲੈਂਡ ਦੇ ਵਿੱਚ, ਉਸ ਤੋਂ ਬਾਅਦ ਇਹ ਮਸਲਾ ਜਿਹੜਾ ਹੈ ਉਹ ਸ਼ਾਂਤ ਹੋ ਜਾਂਦਾ, ਤੇ ਹੁਣ ਜਿਹੜਾ ਇੱਕ ਝੰਡਾ ਲਾਉਣ ਵਾਲਾ ਜਿਹੜਾ ਇੱਕ ਘਟਨਾ ਵਾਪਰੀ ਸੀਗੀ ਜਿਹੜੀ ਲੰਡਨ ਹਾਈ ਕਮਿਸ਼ਨ ਜਿਹੜਾ ਭਾਰਤ ਦਾ ਹਾਈ ਕਮਿਸ਼ਨ ਹੈ, ਸੋ ਉਹਦੇ ਵਿੱਚ ਵੀ ਅਵਤਾਰ ਸਿੰਘ ਖੰਡਾ ਜਿਹੜੇ ਸ਼ਾਮਲ ਨਹੀਂ ਸੀਗੇ। ਇਹ ਗੱਲਾਂ ਜਿਹੜੀਆਂ ਸਾਬਤ ਹੋ ਗਈਆਂ ਕਿਉਂਕਿ ਬਹੁਤ ਸਾਰੀਆਂ ਵੀਡੀਓਜ਼ ਨੇ ਉਹਦੇ ਵਿੱਚ ਉਹ ਦੇਖਿਆ ਜਾਂਦਾ ਕਿ ਹੋਰ ਨੌਜਵਾਨ ਸੀ। ਸੋ ਫਿਰ ਬਾਰ ਬਾਰ ਜਿਹੜਾ ਮੀਡੀਆ ਦੇ ਵਿੱਚ ਇੱਕ ਨਾਮ ਜਿਹੜਾ ਹੈ ਅਵਤਾਰ ਸਿੰਘ ਖੰਡੇ ਦੇ ਨਾਂ ਦਾ ਹਾਈਪ ਬਣਾ ਦੇਣੀ, ਸੋ ਇਹਨੂੰ ਕਿਵੇਂ ਦੇਖਦੇ ਹੋ? ਕਿਉਂਕਿ ਇਹ ਅਚਾਨਕ ਇਸ ਤਰ੍ਹਾਂ ਹੋਇਆ, ਮਤਲਬ ਕਿ ਇਹ ਪਹਿਲਾਂ ਵੀ ਇਸ ਤਰ੍ਹਾਂ ਦੀ ਗਤੀਵਿਧੀ ਵਿੱਚ ਨਹੀਂ ਸੀ ਸ਼ਾਮਲ ਤੇ ਇਸ ਇਹਦੇ ਵਿੱਚ ਵੀ ਸ਼ਾਮਲ ਜਿਹੜਾ ਸ਼ਮੂਲੀਅਤ ਨਹੀਂ ਸੀਗੀ, ਪਰ ਫਿਰ ਵੀ ਉਹਨਾਂ ਦੇ ਨਾਂ ਦੀ ਹਾਈਪ ਜਿਹੜੀ ਆ ਬਣਾ ਦਿੱਤੀ ਗਈ ਮੀਡੀਆ ਦੇ ਵਿੱਚ। ਫਿਰ ਇਹ ਵੀ ਕਿਹਾ ਗਿਆ ਅੰਮ੍ਰਿਤਪਾਲ ਸਿੰਘ ਨੂੰ ਜਿਹੜਾ ਹੈ ਉਹ ਤਿਆਰ ਕਰਨ ਵਾਲਾ ਇਹੀ ਸ਼ਖਸ ਹੈ, ਜੋ ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਮਤਾਂ ਬਣਾ ਕੇ ਤੇ ਉਸ ਤੋਂ ਬਾਅਦ ਇਹ ਘਟਨਾ ਅਚਾਨਕ ਵਾਪਰ ਜਾਂਦੀ ਹੈ। ਹਾਂਜੀ ਹਾਂਜੀ, ਸੋ ਮੀਡੀਆ ਨੂੰ ਤਾਂ ਐਂ ਆ ਵੀ ਉਹਨਾਂ ਕੋਲ ਜਿਹੜਾ ਭਾਰਤੀ ਮੀਡੀਆ ਉਹਦੇ ਵਿੱਚ ਕ੍ਰੀਏਟੀਵਿਟੀ ਤਾਂ ਕੋਈ ਵੀ ਨਹੀਂ ਰਹੀ। ਹੁਣ ਭਾਰਤੀ ਜਿਹੜਾ ਟੈਲੀਵਿਜ਼ਨ ਚੈਨਲ ਆ, ਮੈਂ ਕਹਿ ਸਕਦਾ ਵੀ ਜੇ ਕ੍ਰੀਏਟੀਵਿਟੀ ਦਾ ਮੁਕਾਬਲਾ ਹੋਵੇ ਤਾਂ ਭਾਰਤੀ ਟੈਲੀਵਿਜ਼ਨ ਚੈਨਲ ਸਭ ਤੋਂ ਥੱਲੇ ਆ। ਹੁਣ ਦੁਨੀਆ ਭਰ ਦੇ ਸਾਰੇ ਚੈਨਲਾਂ ਤੋਂ ਸਭ ਤੋਂ ਥੱਲਾ ਨੰਬਰ ਭਾਰਤ ਦਾ ਹੋਊਗਾ, ਹਨਾ। ਸੋ ਉਹਨਾਂ ਦੇ ਟੀਵੀ ਇੰਡਸਟਰੀ, ਜਿਹੜੀ ਨਿਊਜ਼ ਟੀਵੀ ਇੰਡਸਟਰੀ ਆ, ਉਹ ਬਿਲਕੁਲ ਸਭ ਤੋਂ ਨਿਵਾਣਾ ਛੂ ਰਹੀ ਆ। ਕਿਸੇ ਵੀ ਪੱਤਰਕਾਰ ਨੂੰ ਕੋਈ ਅਕਲ ਸਮਝ ਨਹੀਂ ਹੈ, ਨਾ ਉਹਨਾਂ ਨੂੰ ਪੋਲੀਟਿਕਸ ਦੀ ਸਮਝ ਹੈ। ਉਹ ਤਾਂ ਸਿਰਫ ਇੱਕ ਤਰ੍ਹਾਂ ਨਾਲ ਆਪਣੀ ਅੱਗ ਜਿਹੜੀ ਉਹਨਾਂ ਦੇ ਅੰਦਰ ਨਫ਼ਰਤ ਔਰ ਅੱਗ ਆ, ਉਹ ਅੱਗ ਬਾਹਰ ਕੱਢ ਰਹੇ ਨੇ। ਸ਼ਾਮ ਨੂੰ 8 ਵਜੇ ਆ ਜਾਂਦੇ ਆ ਪ੍ਰਾਈਮ ਟਾਈਮ ਤੇ, ਉਹ ਆਪਣੀ ਨਫ਼ਰਤ ਤੇ ਅੱਗ ਬਾਹਰ ਕੱਢਣ ਲਈ ਆਉਂਦੇ ਨੇ, ਹਨਾ। ਸੋ ਉਹਨਾਂ ਉਹ ਅਸਲ 'ਚ ਉਹਨਾਂ ਦੇ, ਹੁਣ ਮੈਨੂੰ ਨੀ ਪਤਾ ਵੀ ਇੰਨਾ ਝੂਠ, ਇੰਨਾ ਤੂਫਾਨ ਔਰ ਇੰਨੀ ਨਫ਼ਰਤ ਬੰਦਾ ਕੱਢ ਕੇ
ਤੇ ਰਾਤ ਨੂੰ ਰੋਟੀ ਖਾ ਕੇ ਸੌਂ ਕਿੱਦਾਂ ਜਾਂਦਾ ਸ਼ਾਂਤੀ ਨਾਲ, ਹਨਾ ਵੀ ਉਹਨਾਂ ਦੇ ਮਨ ਇੰਨੇ ਅਸ਼ਾਂਤ ਨੇ ਜਿਹੜੇ ਇੰਨੀ ਨਫ਼ਰਤ ਲਈ ਫਿਰਦੇ ਆ ਆਮ ਲੋਕਾਂ ਦੇ ਖਿਲਾਫ਼, ਉਹਨਾਂ ਨੂੰ ਨੀਂਦ ਕਿੱਦਾਂ ਆ ਜਾਂਦੀ ਆ, ਹਨਾ ਠੀਕ ਹੈ ਨਾ, ਉਹ ਕੋਈ ਜਰਨਲਿਜ਼ਮ ਨਹੀਂ ਹੈ। ਸੋ ਉਹ ਤਾਂ ਜਰਨਲਿਜ਼ਮ ਦੇ ਨੇੜੇ ਵੀ ਨਹੀਂ ਨੇ, ਸੋ ਉਹ ਤਾਂ ਇੱਕ ਪ੍ਰਾਪੇ ਗੰਡਾ ਚਲਾਉਂਦੇ ਆ, ਹਨਾ ਉਹ ਪ੍ਰਾਪੇ ਗੰਡਾ ਵੀ ਮਤਲਬ ਕਿ ਜਿਹੜੇ ਹਿੰਦੂ ਨੇ ਉਹ ਸਾਰੇ ਠੀਕ ਨੇ, ਸਿੱਖ ਤੇ ਮੁਸਲਮਾਨ ਸਾਰੇ ਪੁਆੜੇ ਦੀ ਜਾੜ ਆ, ਇਹਨਾਂ ਨੂੰ ਤਬਾਹ ਕਰ ਦਿਓ ਤੇ ਜਿਹੜਾ ਭਾਰਤ ਦਾ ਵਸਦਾ ਵਸ ਜਾਊਗਾ। ਸੋ ਇਸ ਏਜੰਡੇ ਦੇ ਤਹਿਤ ਉਹ ਵਾਰ ਵਾਰ ਖਬਰਾਂ ਚਲਾਉਂਦੇ ਨੇ, ਕਦੇ ਜਦੋਂ ਕਰੋਨਾ ਹੁੰਦਾ ਵੀ ਉਹ ਮੁਸਲਮਾਨਾਂ ਨੇ ਕਰਤਾ, ਜਾਂ ਹਜ਼ੂਰ ਸਾਹਿਬ ਤੋਂ ਸੰਗਤ ਆਈ ਸਿੱਖਾਂ ਨੇ ਕਰਤਾ, ਜੇ ਅਮਿਤਾਬ ਪਾਰ ਹੋ ਗਿਆ ਉਹਨੂੰ ਕਹਿੰਦੇ ਵੀ ਹਿੰਦੂਆਂ ਨੇ ਕਰਤਾ। ਬਿਲਕੁਲ, ਹੁਣ ਕਰੋਨਾ ਅਮਿਤਾਬ ਬੱਚਨ ਨੂੰ ਵੀ ਹੋਇਆ, ਉਹ ਹਿੰਦੂ ਆ, ਉਹਦੀਆਂ ਕਥਾ ਕਹਾਣੀਆਂ ਸੁਣਾਈਆਂ ਗਈਆਂ ਵੀ ਆਜ ਅਮਿਤਾਬ ਬੱਚਨ ਜੀ ਨੇ ਗੁੱਲਾ ਖਾਇਆ, ਆਜ ਅਮਿਤਾਬ ਬੱਚਨ ਜੀ ਨੇ ਖੀਰ ਖਾਈ, ਆਜ ਅਮਿਤਾਬ ਬੱਚਨ ਜੀ ਨੇ ਸਲਾਦ ਖਾਇਆ, ਉਹਨੂੰ ਨੇ ਕਿਹਾ ਉਹਨੇ ਜਿੱਦਾਂ ਕਰੋਨੇ ਦਾ ਬੰਬ ਭੜਕਾ ਤਾ ਵੀ ਇੱਕ ਹਿੰਦੂ ਨੇ ਕਰੋਨੇ ਦਾ ਬੰਬ ਭੜਕਾ ਤਾ, ਸਿਰਫ ਬੰਬ ਭੜਕਾਇਆ ਸਿੱਖਾਂ ਤੇ ਮੁਸਲਮਾਨਾਂ ਨੇ। ਉਹ ਇੱਕ ਬਿਮਾਰੀ ਨੂੰ ਵੀ ਧਰਮ ਨਾਲ ਜੋੜ ਕੇ ਦੇਖਦੇ ਆ, ਇੰਨੇ ਕਰਪਟ ਹੋਏ ਹੋਏ ਮਾਇੰਡ ਆ, ਉਹਨਾਂ ਕਰਪਟ ਹੋਏ ਹੋਏ ਮਾਇੰਡ ਤੋਂ ਕਿਸੇ ਵੀ ਕਿਸਮ ਦੀ ਆਸ ਕੀਤੀ ਜਾ ਸਕਦੀ ਹੈ, ਕਿਸੇ ਵੀ ਕਿਸਮ ਦੀ ਆਸ ਕੀਤੀ ਜਾ ਸਕਦੀ ਆ। ਸੋ ਜਰਨਲਿਜ਼ਮ ਦਾ ਹੁੰਦਾ ਵੀ ਉਹ ਤੱਥਾਂ ਦੇ ਆਧਾਰ ਤੇ ਗੱਲ ਕਰਦਾ, ਇਹਦੇ ਵਿੱਚ ਕੋਈ ਵੀ ਤੱਥ ਨਹੀਂ ਨੇ। ਜਿਹੜਾ ਪਹਿਲਾਂ ਡੌਜ਼ੀਅਰ ਵੀ ਆਇਆ ਸੀ, ਹੁਣ ਆਪਾਂ ਕਹਿੰਦੇ ਆਪਾਂ ਨੂੰ ਪਤਾ ਵੀ ਇੱਥੇ ਹਥਿਆਰਾਂ ਬਾਰੇ ਤਾਂ ਗੱਲ ਕਰਨੀ ਵੀ ਜਿੱਦਾਂ ਸੰਭਵ ਨਹੀਂ ਹੈਗੀ। ਜਿਹੜੇ ਬੰਦੇ ਦੂਜੇ ਬੰਦੇ ਨਾਲ ਜੇ ਕਿਸੇ ਹਥਿਆਰ ਬਾਰੇ ਗੱਲ ਕਰਦੇ ਹੋ, ਤੁਹਾਨੂੰ ਨੀ ਪਤਾ ਵੀ ਉਹ ਪੁਲਿਸ ਦਾ ਬੰਦਾ ਕਿ ਕੀ ਆ। ਆਪਣੇ ਸੈਕਿੰਡ ਬੰਦੇ ਤੇ ਵੀ ਵਿਸ਼ਵਾਸ ਨਹੀਂ ਕਰ ਸਕਦੇ, ਤੇ ਹਥਿਆਰਾਂ ਦੀ ਗੱਲ ਕਰਨੀ ਵੀ ਇੱਥੇ ਇਹਨਾਂ ਮੁਲਕਾਂ ਵਿੱਚ ਔਖੀ ਆ, ਤੇ ਉਹ ਕਹਿੰਦੇ ਵੀ ਹਥਿਆਰਾਂ ਦੀ ਟ੍ਰੇਨਿੰਗ ਦੇ ਰਿਹਾ। ਬਿਲਕੁਲ, ਉਹ ਇਸੇ ਤਰ੍ਹਾਂ ਜਿਹੜਾ ਉਹ ਅੰਬੈਸੀ ਵਾਲਾ ਘਟਨਾਕ੍ਰਮ ਹੋਇਆ, ਹਾਂ ਅਵਤਾਰ ਸਿੰਘ ਖੰਡਾ ਉੱਥੇ ਮੌਜੂਦ ਸੀ, ਪਰ ਉਹਨੇ ਕੋਈ ਝੰਡੀ ਦੀ ਬੇਅਦਬੀ ਨਹੀਂ ਕਰੀ। ਉਸ ਪ੍ਰਦਰਸ਼ਨ ਵਿੱਚ ਇੱਕ ਪ੍ਰੋਟੈਸਟ ਜਿਹੜਾ ਇੱਕ ਸ਼ਾਂਤਮਈ ਪ੍ਰੋਟੈਸਟੈਂਟ ਆ ਉਹਦੇ ਤੌਰ ਤੇ ਉਹ ਮੌਜੂਦ ਸੀ, ਪਰ ਉਹਨੇ ਝੰਡੇ ਦੀ ਬੇਅਦਬੀ ਨਹੀਂ ਕਰੀ, ਤਿਰੰਗੇ ਝੰਡੇ ਤੇ ਕੋਈ ਹਮਲਾ ਨਹੀਂ ਕਰਿਆ, ਨਾ ਉਹਨੂੰ ਲਾਇਆ, ਉਹ ਜਿਹੜੇ ਹੋਰ ਨੌਜਵਾਨ ਨੇ ਜਿਹਨਾਂ ਨੇ ਲਾਇਆ ਉਹ, ਪਰ ਇਹਦਾ ਨਾਂ ਕਿਉਂ ਘੜੀਸਿਆ ਜਾ ਰਿਹਾ, ਉਹ ਤਾਂ ਉਹੀ ਨੇ ਵੀ ਕੋਈ ਵੀ ਸਿੱਖ ਜਿਹੜਾ ਕਾਬੂ ਆਉਂਦਾ ਉਹਨੂੰ ਇੱਕ ਵਾਰੀ ਭੜਕਾ ਦਿਓ, ਤੇ ਉਹਦਾ ਚੰਗੀ ਤਰ੍ਹਾਂ ਤਸ਼ੱਦਦ ਕਰਕੇ, ਜਿਸ ਤਰ੍ਹਾਂ ਉਹ ਮੇਜਰ ਗੌਰਵ ਆਰੀਆ ਬੋਲਦੇ ਆ ਵੀ ਇਹਨਾਂ ਨੂੰ ਕੱਟ ਕੇ ਵੱਢ ਦਿਓ, ਹਨਾ ਉਹਨਾਂ ਦੀ ਵਿੱਚ ਇਹ ਹੈਗਾ ਹੋਇਆ ਵੀ ਸਿੱਖਾਂ ਤੇ ਤਸ਼ੱਦਦ ਕਰੋ ਡਟ ਕੇ, ਔਰ ਇਹਦਾ ਕਸੂਰ ਹੈ ਜਾਂ ਨਹੀਂ ਹੈ, ਉਹ ਆਪ ਹੀ ਕਸੂਰਵਾਰ ਆ ਜਿਹੜਾ ਉਹ ਬਣਾ ਦਿੰਦੇ ਆ। ਕਿਸਾਨ ਮੋਰਚੇ ਵੇਲੇ ਕਿਸ ਤਰ੍ਹਾਂ ਕਿਹਾ ਗਿਆ, ਖਾਲਿਸਤਾਨੀ ਨੇ ਇਹਨਾਂ ਨੇ ਭਿੰਡਰਾਂ ਵਾਲੇ ਦੀਆਂ ਤਸਵੀਰਾਂ ਲਾਈਆਂ ਹੋਈਆਂ ਜੀ, ਇਹਨਾਂ ਨੇ ਟੀ ਸ਼ਰਟਾਂ ਤੇ ਭਿੰਡਰਾਂ ਵਾਲੇ ਦੀਆਂ ਤਸਵੀਰਾਂ, ਕੋ ਜਿੰਨਾ ਕੁਛ ਵੀ ਉਹ ਬੋਲ ਸਕਦੇ ਸੀ ਉਹਨਾਂ ਨੇ ਆਪਣੀ ਜ਼ਹਿਰ ਕੱਢੀ ਆ। ਸੋ ਮੈਨੂੰ ਤਾਂ ਸਮਝ ਨਹੀਂ ਆਉਂਦਾ, ਇੱਕ ਤਾਂ ਇਹ ਜਰਨਲਿਜ਼ਮ ਨਹੀਂ ਹੈਗਾ, ਟੋਟਲੀ ਜਰਨਲਿਜ਼ਮ ਨਹੀਂ ਹੈਗਾ, ਉਹ ਆਪਣਾ ਜਿਸ ਤਰ੍ਹਾਂ ਆਪਣੀ ਜ਼ਹਿਰ ਕੱਢ ਰਹੇ ਨੇ, ਤੇ ਦੂਜਾ ਤੇ ਹੈਗਾ ਵੀ ਉਹ ਤੱਥਾਂ ਦੇ ਆਧਾਰ ਤੇ ਕੋਈ ਗੱਲ ਨਹੀਂ ਕਰ ਰਹੇ, ਨਾ ਉਹਨਾਂ ਨੂੰ ਕੋਈ ਗੱਲ ਦੀ ਸਮਝ ਹੈ, ਨਾ ਉਹਨਾਂ ਨੂੰ ਰਾਜਨੀਤੀ ਦੀ ਸਮਝ ਹੈ, ਨਾ ਉਹਨਾਂ ਨੂੰ ਡਿਪਲੋਮੇਸੀ ਦੀ ਸਮਝ ਹੈ, ਉਹਨਾਂ ਦਾ ਤਾਂ ਇਹ ਵੀ ਬੁਰਛਾ ਕਰਦੀ ਸ਼ਬਦਾਂ ਰਾਹੀਂ। ਹੁਣ ਆਪਾਂ ਕਹਿੰਦੇ ਜਿਹੜੇ ਕਤਲ ਆ ਨਾ, ਕਤਲ ਕੇਵਲ ਹਥਿਆਰਾਂ ਨਾਲ ਨਹੀਂ ਹੁੰਦੇ, ਕਤਲ ਸ਼ਬਦਾਂ ਨਾਲ ਵੀ ਹੁੰਦੇ ਆ, ਇਹ ਸ਼ਬਦਾਂ ਨਾਲ ਕੀਤੇ ਗਏ ਕਤਲ। ਬਿਲਕੁਲ ਬਿਲਕੁਲ, ਜਿਹੜਾ ਟੀਵੀ ਜਰਨਲਿਜ਼ਮ ਆ ਉਹ ਸ਼ਬਦਾਂ ਨਾਲ ਕਤਲ ਕਰ ਰਹੇ ਨੇ ਲੋਕਾਂ ਨੂੰ, ਸੋ ਉਹ ਬਕਾਇਦਾ ਕਾਤਲ ਨੇ। ਗੁਰੂ ਮਹਾਰਾਜ ਦੀ ਦਰਗਾਹ ਵਿੱਚ ਕਿਤੇ ਨਾ ਕਿਤੇ ਉਹਨਾਂ ਤੇ ਮੁਕੱਦਮਾ ਜ਼ਰੂਰ ਚੱਲੇਗਾ, ਔਰ ਉਹਨਾਂ ਨੂੰ ਸਜ਼ਾ ਭੁਗਤਣੀ ਪਵੇਗੀ। ਭਾਜੀ, ਤੁਸੀਂ ਅੱਜ ਕੀਮਤੀ ਵਿਚਾਰ ਜਿਹੜੇ ਨੇ ਦੋਨਾਂ ਟੌਪਿਕਸ ਦੇ ਉੱਤੇ ਬਹੁਤ ਵਧੀਆ ਦਿੱਤੇ ਨੇ, ਤੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਹਮੇਸ਼ਾ ਦੀ ਤਰ੍ਹਾਂ ਪਸੰਦ ਆਏ ਹੋਣਗੇ। ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜੀ, ਬਹੁਤ ਧੰਨਵਾਦ। ਧੰਨਵਾਦ ਜੀ, ਸ਼ੁਕਰੀਆ, ਧੰਨਵਾਦ ਜੀ।